ਸੋ ਬੜੀ ਹੀ ਦੁਖਦਾਈ ਖਬਰ ਜਿਹੜੀ ਅੰਬਾਲਾ ਦੇ ਨੇੜੇ ਬਲਾਣਾਪਿੰਡ ਤੋਂ ਆਈ ਹੈ ਜਿੱਥੇ ਕਿ ਇੱਕ ਹੀ ਪਰਿਵਾਰ ਦੇ 6 ਜੀ ਨਹੀਂ ਰਹੇ ਇਹ ਘਰ ਤੁਸੀਂ ਦੇਖ ਰਹੇ ਹੋ ਜਿੱਥੇ ਇਸ ਵਕਤ ਸ਼ੋਕ ਮਨਾਇਆ ਜਾ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਹੈ ਹਰ ਅੱਖ ਇਸ ਵਕਤ ਨਮ ਹੈ ਕਿਉਂਕਿ ਇੱਕ ਪਰਿਵਾਰ ਦੇ 6 ਜੀ ਚਲੇ ਜਾਣੇ ਉਹ ਵੀ ਇਸ ਤਰ੍ਹਾਂ ਦਰਦਨਾਕ ਮੌਤ ਦੇ ਨਾਲ ਕਿਉਂਕਿ ਜੋ ਹੁਣੇ ਤੱਕ ਪਤਾ ਲੱਗਿਆ ਹੈ ਪੁਖਤਾ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਉਸ ਜਾਣਕਾਰੀ ਦੇ ਵਿੱਚ ਸੁਖਵਿੰਦਰ ਸਿੰਘ ਜਿਸ ਦੀ ਉਮਰ 34 ਸਾਲ ਹੈ ਉਸ ਵੱਲੋਂ ਇਹ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਉਸਨੇ ਆਪ ਵੀ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੁੱਖ ਦੀ ਇਹੀ ਹੱਦ ਨਹੀਂ ਦੁੱਖ ਦੀ ਇਸ ਤੋਂ ਵੱਡੀ ਗੱਲ ਹੈ ਕਿ ਇਸ ਪਰਿਵਾਰ ਦੀ ਜੋ ਬੱਚੀ ਹੈ ਜਿਸ ਦੀ ਉਮਰ 7 ਸਾਲ ਦੱਸੀ ਜਾ ਰਹੀ ਹੈ ਜੱਸੀ ਉਸ ਦਾ ਅੱਜ ਜਨਮ ਦਿਨ ਸੀ ਸੋ ਜਨਮ ਦਿਨ ਦੇ ਵੀ ਕਿਤੇ ਨਾ ਕਿਤੇ ਤਿਆਰੀ ਚੱਲ ਰਹੀ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਵੀ ਜਿਹੜਾ ਦਿਨ ਖੁਸ਼ੀਆਂ ਤੇ ਚਾਵਾਂ ਨਾਲ ਮਨਾਣਾ ਉਸ ਦਿਨ ਮਾਤਮ ਪਸਰ ਜਾਏਗਾ ਔਰ ਮਾਤਮ ਵੀ ਇਸ ਕਦਰ ਕਿ ਇਸ ਘਰ ਦੇ ਵਿੱਚ ਅੱਜ ਕੋਈ ਵੀ ਨਹੀਂ ਬਚਦਾ ਸੋ ਇਸ ਵਕਤ ਅਸੀਂ ਪਿੰਡ ਦੇ ਵਿੱਚ ਆਏ ਹਾਂ ਤੁਸੀਂ ਦੇਖ ਰਹੇ ਹੋ ਸ਼ੋਕ ਦੀ ਪਿੰਡ ਦੇ ਵਿੱਚ ਲਹਿਰ ਹੈ ਉੱਥੇ ਕਿਤੇ ਨਾ ਕਿਤੇ ਪਿੰਡ ਵਾਸੀ ਇਸ ਗੱਲ ਤੋਂ ਵੀ ਹੈਰਾਨ ਆ ਕਿ ਆਖਰ ਐਡਾ ਵੱਡਾ ਸਟੈਪ ਕਿਵੇਂ ਕੋਈ ਚੱਕ ਸਕਦਾ ਪੁਲਿਸ ਵੱਲੋਂ ਇੱਥੇ ਆ ਕੇ ਇਨਵੈਸਟੀਗੇਸ਼ਨ ਕੀਤੀ ਗਈ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਕਿ ਇੱਕ ਸੁਸਾਈਡ ਨੋਟ ਮਿਲਿਆ ਕਿ ਜਿੱਥੇ ਉਹ ਵਿਅਕਤੀ ਕੰਮ ਕਰਦਾ ਸੀ ਸੁਖਵਿੰਦਰ ਸਿੰਘ ਉਸ ਨੇ 10 ਲੱਖ ਰੁਪਏ ਦੀ ਗੱਲ ਕੀਤੀ ਹੈ ਕਿ ਕੁਝ ਪੈਸੇ ਦਾ ਲੈਣ-ਦੇਣ ਸੀ ਉਸ ਪੈਸੇ ਦੇ ਕਰਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਫਿਰ ਉਸ ਤੋਂ ਬਾਅਦ ਇਹ ਸਟੈਪ ਚੱਕਿਆ ਗਿਆ ਸੋ ਇਸ ਬਾਬਤ ਹਜੇ ਕੋਈ ਪੁਖਤਾ ਗੱਲ ਨਹੀਂ ਹੋਈ ਸੋ ਚਾਚਾ ਜੀ ਇਸ ਵਕਤ ਉਹਨਾਂ ਦੇ ਮੇਰੇ ਨਾਲ ਨੇ ਗੱਲ ਇਹਨਾਂ ਦੇ ਨਾਲ ਕਰ ਲੈਣਾ ਕੀ ਨਾ ਜੀ ਹਰਨੇਕ ਸਿੰਘ ਜੀ ਹਰਨੇਕ ਸਿੰਘ ਜੀ ਤੁਸੀਂ ਕਿੱਥੇ ਰਹਿੰਦੇ ਹੋ ਬਲਾਣੇ ਮਹਾਰਾਜ ਜੀ ਬਲਾਣੇ ਚ ਰਹਿੰਦੇ ਹਾਂ ਇੱਥੋਂ ਕਿੰਨੇ ਕਿ ਦੂਰ ਘਰ ਹੈ ਆਪਣਾ ਆਪਣਾ ਹੈ ਜੀ ਅੱਧੇ ਕਿਲੋਮੀਟਰ ਬਾਹਰ ਕਿਸ ਤਰ੍ਹਾਂ ਦਾ ਪਰਿਵਾਰ ਸੀ ਸੁਖਵਿੰਦਰ ਦਾ ਸੁਖਵਿੰਦਰ ਬਹੁਤ ਸੌ ਆਦਮੀ ਦਾ ਜੀ ਕੋਈ ਇਸ ਕੀ ਗੋਮਾ ਸੌ ਨਹੀਂ ਖੇ ਰਿਹਾ ਤਾਂ ਅੱਛਾ ਹਾਂ ਬਹੁਤ ਸੌ ਦਾ ਪਰਿਵਾਰ ਨਾਲ ਮਿਲਣੇ ਵਾਲਾ ਬੜੀ ਅੱਛੀ ਜ਼ਿੰਦਗੀ ਗੱਡ ਰਿਹਾ ਸੀ ਆਪਣੀ ਤੋ ਕੋਈ ਅਸੀ ਮੰਨ ਕੋਈ ਦਿੱਕਤ ਨਹੀਂ ਸੀ ਕੋਈ ਨਾਸਾਨੀ ਕਰਾਤਾ ਅਮਰਤਾ ਚੱਕਿਆ ਬਦਲੇ ਅੱਛਾ ਮੈਂ ਆਪਣੇ ਪਰਿਵਾਰ ਮੈਂ ਸਹੀ ਤਾਂ ਹੈ ਕੀ ਹੋਇਆ ਫਿਰ ਅੱਜ ਜਿਹੜਾ ਐਡਾ ਵੱਡਾ ਸਟੈਪ ਚੱਕ ਲਿਆ ਕਿਉਂਕਿ ਕਮਰਦਤਾਰੀ ਸਿੱਖ ਬੰਦਾ ਜਿਹੜਾ ਨਸ਼ਾ ਰਹਿਤ ਸੀਗਾ ਤੁਸੀਂ ਕਹਿ ਰਹੇ ਹੋ ਬੜਾ ਬੀਬਾ ਬੰਦਾ ਸੀ ਔਰ ਹੋਰ ਦੋ ਦੋ ਚਾਰ ਲੋਕਾਂ ਨਾਲ ਗੱਲ ਹੋਈ ਹੈ ਉਹਨਾਂ ਦਾ ਕਹਿਣਾ ਕਿ ਬੜਾ ਮਲਪੜਾ ਸੁਭਾਅ ਸੀ ਕਦੇ ਗੁੱਸੇ ਨਾਲ ਹੀ ਨਹੀਂ ਬੋਲਦਾ ਸੀ ਫਿਰ ਅਜਿਹਾ ਕੀ ਹੋ ਗਿਆ ਵੀ ਐਡਾ ਵੱਡਾ ਸਟੈਪ ਚੱਕ ਲਿਆ ਭਈਓ ਤੇ ਦੇਖੋ ਮਾਲਕ ਨੂੰ ਪਤਾ ਨਹੀਂ ਇਹ ਉਸ ਨੂੰ ਪਤਾ ਦੀ ਨਾ ਕਰਿਆ ਜੀ ਮਾਨ ਨੂੰ ਇਸ ਕੇ ਬਾਰੇ ਮਾ ਕੋਈ ਹੋ ਨਹੀਂ ਤੁਸੀਂ ਜਦੋਂ ਸਵੇਰੇ ਤੁਸੀਂ ਪਹੁੰਚੇ ਹੋ ਤਾਂ ਕੀ ਘਟਨਾਕ੍ਰਮ ਸੀ ਕੀ ਇੱਥੇ ਦਾ ਜਿਹੜਾ ਹਾਲ ਸੀ ਪੂਰਾ ਜੀ ਗਾਉਂ ਆ ਗਿਆ ਦਾ ਸਾਰਾ ਇਕੱਠਾ ਹੋ ਗਿਆ ਅੱਛਾ ਤੋ ਲਟਕੇ ਬੰਦਾ ਤੜਾ ਤੜ ਦੀ ਦੋਸਤਾਂ ਉਸ ਤੇ ਵਿੱਚ ਪੁਲਿਸ ਆ ਗਈ ਫਿਰ ਅੱਛਾ ਜੇ ਕਿੱਦਾਂ ਪਤਾ ਕਿਵੇਂ ਲੱਗਿਆ ਸਵੇਰੇ ਅਦਾ ਜੀ ਪੜੋਸੀਆਂ ਨੇ ਕੁੰਡੇ ਖੋਲਦੇ ਉੱਪਰੋਂ ਚੜਕੇ ਅੱਛਾ ਹਾਂ ਤੇ ਜਿੰਨਾ ਤੁਸੀਂ ਦੱਸਿਆ ਕਿ ਪੱਖੇ ਦੇ ਹੁੱਕ ਹੁੰਦਾ ਜਿਹੜਾ ਉਸ ਤੇ ਨਾਲ ਕਿਸ ਚੀਜ਼ ਦੇ ਨਾਲ ਲਟਕੇਆ ਬੰਦਾ ਇਹ ਪਤਾ ਤਾਂ ਜੀ ਥੋੜਾ ਕੁੱਤੀਆਂ ਪਾਇ ਮਾਰ ਰਚਾ ਬਣਾ ਉਹਨੂੰ ਗੱਲ ਚਲਾ ਰਹੇ ਹਾਂ ਤੇ ਕੁਝ ਲੋਕਾਂ ਦਾ ਕਹਿਣਾ ਕਿ 6:30 ਵਜੇ ਦੁੱਧ ਦੇਣ ਲਈ ਆਏ ਤਾਂ ਸੁਖਵਿੰਦਰ ਨੇ ਦੁੱਧ ਲਿੱਤਾ ਸੀ ਹਾਂ ਜੀ ਆ ਜੀ ਲਿੱਤਾ ਸੀ ਹਾਂ ਜੀ ਇਹਦਾ ਮਤਲਬ ਪਹਿਲਾਂ ਸਾਰੇ ਪਰਿਵਾਰ ਜਿਹੜਾ ਉਹ ਖਤਮ ਹੋ ਗਿਆ ਸੀ ਫਿਰ ਸੁਖਵਿੰਦਰ ਨੇ ਉਸ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਕਰੀ ਹੈ ਜੀ ਇਹ ਤਾਂ ਬਾਤਾਂਗੇ ਉਸ ਤੋਂ ਬਾਅਦ ਫਿਰ ਉਹ ਕਰੀਏਗੀ ਸਾਢੇ 4 ਵਜੇ ਆ ਮਿਲਿਆ ਉਹ ਬੰਦਾ ਅੱਛਾ ਤੁਸੀਂ ਪਰਿਵਾਰਕ ਮੈਂਬਰ ਹੋ ਚਾਚਾ ਹੋ ਤੁਸੀਂ ਜਦੋਂ ਇੱਥੇ ਪਹੁੰਚੇ ਹੋ ਤੁਸੀਂ ਦਰਵਾਜ਼ਾ ਖੋਲ੍ਹਿਆ ਹੋਣਾ ਤੇ ਫਿਰ ਕੀ ਅੰਦਰ ਕਿਸ ਤਰ੍ਹਾਂ ਦਾ ਹਾਲ ਸੀ ਅੰਦਰ ਲੋਥਾਂ ਪੜੀ ਗਈ ਸੀ ਕਾ ਬੜੀ ਅੰਸੀ ਕਿੱਥੇ ਕਿੱਥੇ ਪਈਆਂ ਸੀ ਦੋ ਬਹਾਰਤੀ ਮੰਮੀ ਪਾਪੇ ਕਿਸ ਕੀ ਚਾਰ ਅੰਦਰ ਦੇ ਚਾਰ ਅੰਦਰ ਦੇ ਬੱਚੇ ਤੇ ਹਜ਼ੂਰ ਹਨ ਸੁਣਿਆ ਅੱਜ ਇਸ ਘਰ ਦੀ ਬੱਚੀ ਦਾ ਜਨਮ ਦਿਨ ਵੀ ਸੀ ਹਾਂ ਜੀ ਸ਼ਾਮ ਦਾ ਪ੍ਰੋਗਰਾਮ ਹੈ ਮਾਰਾ ਅੱਛਾ ਜੀ ਸ਼ਾਮ ਨੂੰ ਸੰਸਕਾਰ ਕਰ ਲੈਣੇ ਇਸका ਤੇ ਹੁਣ ਪਰਿਵਾਰ ਦੇ ਵਿੱਚ ਪਿੱਛੇ ਕੌਣ ਬਚਿਆ ਜੀ ਕੋਈ ਨਹੀਂ ਹੈ ਜੀ ਇਨਕੇ ਅੱਛਾ ਪੂਰਾ ਪਰਿਵਾਰ ਪੂਰਾ ਪਰਿਵਾਰ ਖਤਮ ਹੈ ਇਸ ਘਰ ਦੇ ਵਿੱਚ ਹੀ ਰਹਿੰਦੇ ਸਾਰੇ ਹਾਂ ਜੋ ਇਸ ਕੀ ਭੈਣਾਂ ਤੇ ਉੰਬੇ ਹੀ ਵੀ ਆ ਅੱਛਾ ਭੈਣ ਕਲਾਈ ਵੀ ਆ ਸੋ ਤੁਸੀਂ ਦੇਖਿਆ ਕਿ ਚਾਚਾ ਜੀ ਨੇ ਹੱਡ ਬਿੱਤੀ ਦੱਸੀ ਹੈ ਅੱਜ ਦੱਸਿਆ ਕਿ ਕਿਸ ਤਰ੍ਹਾਂ ਇਹ ਦੁੱਖਾਂ ਦਾ ਪਹਾੜ ਇਹਨਾਂ ਦੇ ਪਰਿਵਾਰ ਦੇ ਉੱਤੇ ਕਿਉਂਕਿ ਚਾਚਾ ਵੀ ਪਰਿਵਾਰ ਦਾ ਜੀ ਹੁੰਦਾ ਚਾਹੇ ਅੱਜਕੱਲ ਸਮੇਂ ਦੇ ਹਿਸਾਬ ਸਿਰ ਅਲੱਗ-ਅਲੱਗ ਹੋ ਜਾਂਦੇ ਆ ਲੋਕ ਅਲੱਗ-ਅਲੱਗ ਰਹਿ ਰਹੇ ਇਹਨਾਂ ਦਾ ਘਰ ਇੱਥੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਪਰ ਕਿਤੇ ਨਾ ਕਿਤੇ ਦੁੱਖ ਉਨਾ ਹੀ ਆ ਔਰ ਦੂਜੀ ਗੱਲ ਇਹ ਹੈ ਕਿ ਅੱਜ ਇਸ ਪਰਿਵਾਰ ਦੇ ਵਿੱਚ ਇੱਕ ਵੀ ਬੰਦਾ ਨਹੀਂ ਬਚਿਆ ਕਿ ਕਹਿੰਦੇ ਆ ਨਾ ਦੀਵਾ ਜਲਾਣ ਵਾਲਾ ਵੀ ਕੋਈ ਬਚਿਆ ਨਹੀਂ ਇੱਕ ਬੱਚੀ ਦਾ ਜਨਮ ਦਿਨ ਸੀ ਇਹ ਪਰਿਵਾਰ ਤੁਸੀਂ ਘਰ ਦੇਖ ਸਕਦੇ ਹੋ ਗੁਰਸਿੱਖ ਸੁਖਵਿੰਦਰ ਸਿੰਘ ਜੋ ਕਿ ਅਮਰਿਤਧਾਰੀ ਸੀ ਅਮਰਿਤ ਛਕਿਆ ਹੋਇਆ ਸੀਗਾ ਕਹਿੰਦੇ ਆ ਕਿ ਉਸ ਦੇ ਮੂੰਹ ਦੇ ਵਿੱਚ ਜਵਾਨ ਨਹੀਂ ਸੀ ਕਦੇ ਕਿਸੇ ਨਾਲ ਗੁੱਸੇ ਨਾਲ ਨਹੀਂ ਬੋਲਿਆ ਸੀ ਔਰ ਤੁਹਾਡੇ ਸਾਹਮਣੇ ਉਹਦੇ ਚਾਚਾ ਦੀ ਇਹ ਕਹਿਣਾ ਕਿ ਕਿਸੇ ਨਸ਼ੇ ਤੋਂ ਜਿਹੜਾ ਨਸ਼ੇ ਦਾ ਉਹਨੂੰ ਆਦੀ ਨਹੀਂ ਸੀ ਕਿਸੇ ਚੀਜ਼ ਦਾ ਆਦੀ ਨਹੀਂ ਸੀ ਕਿਸੇ ਨਾਲ ਮਾੜਾ ਨਹੀਂ ਬੋਲਦਾ ਸੀ ਪਰਿਵਾਰ ਨੂੰ ਸੰਭਾਲ ਕੇ ਬੈਠਾ ਸੀ ਫਿਰ ਆਖਰ ਇਹ ਸੋਚਣ ਵਾਲੀ ਗੱਲ ਹੈ ਕਿ ਆਖਰ ਉਸਦੇ ਨਾਲ ਕੀ ਬੀਤਰੀ ਸੀ ਅਜਿਹਾ ਕਿਹੜਾ ਦੁੱਖ ਉਸ ਨੂੰ ਚੋਰਾ ਬਣ ਕੇ ਖਾ ਰਿਹਾ ਸੀ ਜਿਸ ਦਿਨ ਕਰਕੇ ਉਸ ਨੂੰ ਐਡਾ ਵੱਡਾ ਸਟੈਪ ਚੱਕਣਾ ਪਿਆ ਮਤਲਬ ਕਿ ਹਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਪੰਜ ਜ਼ਿੰਦਗੀਆਂ ਜਿਹੜੀਆਂ ਗਈਆਂ ਨੇ ਉਹ ਕਿਵੇਂ ਗਈਆਂ ਕੋਈ ਕਹਿੰਦਾ ਕਿ ਗਲ ਘੋਟ ਕੇ ਸ਼ਾਇਦ ਖਤਮ ਕਰ ਦਿੱਤੀਆਂ ਗਈਆਂ ਕੋਈ ਕਹਿੰਦਾ ਵੀ ਖਾਣ ਦੇ ਵਿੱਚ ਕੋਈ ਜ਼ਹਿਰ ਮਿਲਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਸੁਖਵਿੰਦਰ ਨੇ ਖੁਦ ਫਾਹਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਸੋ ਇਸ ਪਿੰਡ ਦੇ ਉੱਤੇ ਇਸ ਘਰ ਦੇ ਉੱਤੇ ਇਸ ਪਰਿਵਾਰ ਦੇ ਉੱਤੇ ਅੱਜ ਦੁੱਖਾਂ ਦਾ ਪਹਾੜ ਗਿਰਿਆ ਹੈ ਕਹਿ ਦਈਏ ਕਿ ਦੋ ਬੱਚੇ ਇੱਕ ਦੀ ਉਮਰ 5 ਸਾਲ ਤੇ ਇੱਕ ਦੀ 7 ਸਾਲ ਉਮਰ ਸੀ ਇੱਕ ਲੜਕਾ ਤੇ ਇੱਕ ਲੜਕੀ ਉਹ ਵੀ ਇਸ ਘਟਨਾ ਹਾਂਜੀ ਦੋਨੋਂ ਲੜਕੀਆਂ ਪਰ ਕੁਝ ਕਹਿ ਰਹੇ ਸੀ ਕਿ ਇੱਕ ਲੜਕਾ ਹੈ ਨਹੀਂ 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 ਦੋ ਹੀ ਲੜਕੀਆਂ ਦੀ ਦੋਨੋਂ ਲੜਕੀਆਂ ਦੋ ਹੀ ਲੜਕੀਆਂ 5 ਸਾਲ ਦੀ ਇੱਕ 7 ਸਾਲ ਦੀ ਹਾਂ ਸੋ ਦੋਨੋਂ ਬੇਟੀਆਂ ਹੀ ਸੀ ਸੋ ਦੋ ਬੇਟੀਆਂ ਇੱਕ 5 ਸਾਲ ਇੱਕ 7 ਸਾਲ ਤੇ ਉਸ ਤੋਂ ਬਾਅਦ ਮਾਤਾ ਪਿਤਾ ਧਰਮ ਪਤਨੀ ਤੇ ਫਿਰ ਆਪ ਇਸ ਹਾਰਾ ਕੁਝ ਕਰਨ ਲਈ ਬੜਾ ਵੱਡਾ ਜਿਹਰਾ ਚਾਹੀਦਾ ਬੜਾ ਵੱਡਾ ਹੌਸਲਾ ਚਾਹੀਦਾ ਪਰ ਉਸ ਤੋਂ ਵੱਡੀ ਗੱਲ ਵੀ ਇਸ ਕਰਨਾ ਕਰਮ ਨੂੰ ਅੰਜਾਮ ਦੇਣ ਵਾਸਤੇ ਕੀ ਮਜਬੂਰੀ ਬਣੀ ਕਿ ਇੰਨਾ ਮਜਬੂਰ ਹੋ ਗਿਆ ਸੁਖਵਿੰਦਰ ਸਿੰਘ ਜਿਸ ਦੀ ਜਵਾਨ ਤੋਂ ਕਦੇ ਕਿਸੇ ਨੂੰ ਉਹ ਹੀ ਨਹੀਂ ਨਿਕਲਿਆ ਸੀ ਉਸ ਨੇ ਪੰਜ ਜੀ ਖਤਮ ਕਰ ਲਏ ਤੇ ਛੇਵੀਂ ਆਪਣੀ ਜ਼ਿੰਦਗੀ ਖਤਮ ਕਰ ਲਈ ਆਖਰ ਕਿਹੜੀ ਅਜਿਹੀ ਮਜਬੂਰੀ ਹੋਏਗੀ ਇਸ ਦੀ ਕੋਹ ਪੋਸਟਮਾਰਟਮ ਤੋਂ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਨਿਕਲੇਗੀ ਫਿਲਹਾਲ ਇੱਥੇ ਕੋਈ ਪੁਲਿਸ ਅਧਿਕਾਰੀ ਹੈ ਨਹੀਂ ਗੱਲਬਾਤ ਉਹਨਾਂ ਦੇ ਨਾਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਹੁਣ ਤੱਕ ਦੀ ਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਇੱਕ ਸੁਸਾਇਸਾਈਡ ਨੋਟ ਮਿਲੇਆ ਉਸ ਨੋਟ ਦੇ ਵਿੱਚ ਲਿਖਿਆ ਗਿਆ ਕਿ ਮੇਰਾ ਜਿਹੜਾ ਹੈ ਕਿਸੇ ਆਪਣੇ ਕੰਪਨੀ ਦੇ ਮੈਨੇਜਰ ਦੇ ਨਾਲ ਕੋਈ ਰੌਲਾ ਚੱਲ ਰਿਹਾ ਸੀ ਉਸ ਤੋਂ ਮੈਂ ਪਰੇਸ਼ਾਨ ਸੀ ਤੇ ਉਸ ਪਰੇਸ਼ਾਨੀ ਦੇ ਚੱਲਦਿਆਂ ਇਹ ਸਾਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਗਿਆ ਹੁਣ ਦੇਖਣਾ ਇਹ ਕਿ ਕਿੰਨੀ ਦੇਰ ਚ ਪੁਲਿਸ ਇਨਵੈਸਟੀਗੇਸ਼ਨ ਕਰਦੀ ਔਰ ਕਦੋਂ ਤੱਕ ਪੁਲਿਸ ਦੇ ਹੱਥ ਪਹੁੰਚਦੇ ਆ ਅਸਲ ਅਪਰਾਧੀ ਦੇ ਗ੍ਰਿਵਾਨ ਤੱਕ ਸੋ ਅੱਜ ਅਸੀਂ ਤੁਹਾਨੂੰ ਇਸ ਪਿੰਡ ਬਲਾਣਾ ਦੇ ਵਿੱਚ ਲੈ ਆਏ ਆ ਜਿੱਥੇ ਕਿ ਅੱਜ ਸ਼ੋਕ ਦੀ ਲਹਿਰ ਬਣੀ ਹੈ ਸਨਾਟਾ ਪਸਰਿਆ ਹੋਇਆ ਹਰ ਅੱਖ ਨਾਮ ਹੈ ਨੌਜਵਾਨ ਬਜ਼ੁਰਗ ਸਾਰੇ ਇਕੱਠੇ ਹੋ ਕੇ ਪਿੰਡ ਦੇ ਇੱਥੇ ਪਹੁੰਚੇ ਆ ਔਰ ਇਸ ਪਿੰਡ ਦੇ ਜਿਹੜੇ ਲੋਕ ਹੈ ਉਹ ਅਗਲੇ ਇੰਤਜ਼ਾਮਾਂਤ ਦੇ ਵਿੱਚ ਲੱਗ ਗਏ ਕਿਉਂਕਿ ਇਸ ਪਰਿਵਾਰ ਦੇ ਵਿੱਚ ਹੁਣ ਕੋਈ ਅੱਗ ਦੇਣ ਵਾਲਾ ਵੀ ਨਹੀਂ ਬਚਿਆ ਦੋ ਭੈਣਾਂ ਨੇ ਉਹ ਵਿਆਹੀਆਂ ਹੋਈਆਂ ਨੇ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਚਾਹੇ ਦੁੱਖ ਦੇ ਵਿੱਚ ਪਹੁੰਚ ਜੰਨੀ ਹੈ ਪਰ ਪਰਿਵਾਰ ਇੱਕ ਘਰ ਦੇ ਨਾਲ ਹੁੰਦਾ ਔਰ ਇਸ ਘਰ ਦੇ ਵਿੱਚ ਅੱਜ 6 ਦੇ 6 ਜੀ ਨਹੀਂ ਰਹੇ ਕੈਮਰਾਮੈਨ ਸੁਨਿਲ ਦੇ ਨਾਲ ਅਨੁਰਾਗ ਸ਼ਰਮਾ ਅੰਬਾਲਾ ਤੋਂ